ਯਾਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈਗਾ ਵਾ। ਅੱਜ ਸੰਯੁਕਤ ਕਿਸਾਨ ਮੋਰਚਾ ਦੀ ਕਾਲ 'ਤੇ ਪੂਰੇ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਕੱਢੇ ਜਾ ਰਹੇ ਆ। ਪੰਜਾਬ ਦੇ ਵੱਖ ਵੱਖ ਜ਼ਿਲ੍ਹੇ ਵਿੱਚ ਜਿਹੜੇ ਟਰੈਕਟਰ ਮਾਰਚ ਕੱਢੇ ਜਾ ਰਹੇ ਅਤੇ ਟਰੈਕਟਰ ਦਾ ਜਿਹੜਾ ਮੂੰਹ ਆ ਉਹ ਦਿੱਲੀ ਰਸਤੇ ਵੱਲ ਜਿਹੜਾ ਕੀਤਾ ਗਿਆ ਵਾ। ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ, ਜਿਹਦੇ ਵਿੱਚ ਵੱਡੀ ਤਾਦਾਦ 'ਤੇ ਜਿਹੜੇ ਟਰੈਕਟਰ ਆ ਉਹ ਇੱਥੇ ਪਹੁੰਚੇ ਹੋਏ ਆ ਅਤੇ ਜਿਹੜੇ ਟਰੈਕਟਰ ਜਿਹੜਾ ਮੂੰਹ ਆ ਉਹ ਦਿੱਲੀ ਵੱਲ ਜਿਹੜਾ ਕੀਤਾ ਗਿਆ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਇੱਥੇ ਮੌਜੂਦ ਹੈਗੇ, ਤੁਹਾਨੂੰ ਦੱਸ ਦਿੱਤੀ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ, ਪਰ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਲਗਾਤਾਰ ਆਕਰਾਮਕ ਜਿਹੜਾ ਰਵੱਈਆ ਜਿਹੜਾ ਵਿਖਾਇਆ ਜਾ ਰਿਹਾ ਵਾ। ਸਾਡੇ ਨਾਲ ਕੁਛ ਕਿਸਾਨ ਜਥੇਬੰਦੀ ਆਗੂ ਵੀ ਨੇ, ਗੱਲਬਾਤ ਕਰ ਲੈਂਦੇ ਹੈਗੇ ਕਿਉਂਕਿ ਲਗਾਤਾਰ ਇਹ ਕਿਸਾਨ ਭਰਾਵਾ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ। ਸਰ, ਅੱਜ ਇੱਕ ਸੰਯੁਕਤ ਕਿਸਾਨ ਮੋਰਚਾ ਦੀ ਕਾਲ 'ਤੇ ਟਰੈਕਟਰ ਮਾਰਚ ਕੱਢਿਆ ਗਿਆ, ਟਰੈਕਟਰ ਦਾ ਮੂੰਹ ਦਿੱਲੀ ਰਸਤੇ ਕੱਢਿਆ ਗਿਆ ਸਰ? ਵੇਖੋ ਜੀ, ਅਸੀਂ ਅੱਜ ਜਿਹੜਾ ਸੀਗਾ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਭਾਰਤ ਸਰਕਾਰ ਨੂੰ ਵੀ, ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਅਸੀਂ ਜਿਹੜਾ ਵਾ ਕਰੋੜਾਂ ਟਰੈਕਟਰ ਜਿਹੜੇ ਉਹ ਸੜਕਾਂ ਦੇ ਉੱਤੇ ਆਣ ਕੇ ਅੱਜ ਖੜ੍ਹੇ ਕੀਤੇ ਨੇ। ਉਹ ਇਸ ਕਰਕੇ ਵੀ ਸਰਕਾਰ ਜਿਹੜੀ ਕਿਤੇ ਨਾ ਕਿਤੇ ਸਾਨੂੰ ਆਉਂਦੀ ਸੀ ਵੀ ਇਹ ਟਰੈਕਟਰ ਜਿਹੜੇ ਅਸੀਂ ਦਿੱਲੀ ਵਿੱਚ ਨਹੀਂ ਵੜਨ ਦੇਣੇ, ਅਸੀਂ ਹਰਿਆਣੇ 'ਚ ਨਹੀਂ ਵੜਨ ਦੇਣੇ, ਇਸ ਕਰਕੇ ਜਿਹੜਾ ਵਾ ਅੱਜ ਅਸੀਂ ਟਰੈਕਟਰ ਜਿਹੜੇ ਆ ਲਿਆਣ ਕੇ ਸੜਕਾਂ 'ਤੇ ਖੜ੍ਹੇ ਕਰ ਦਿੱਤੇ ਆ। ਸਰ, ਕਿੰਨੀ ਤਾਦਾਦ ਦੇ ਟਰੈਕਟਰ ਅੱਜ ਇੱਥੇ ਪਹੁੰਚੇ, ਕਿੰਨੇ ਕਿਸਾਨ ਜਥੇਬੰਦੇ ਆ ਗਏ, ਕਿੰਨੇ ਕਿਸਾਨ ਭਰਾ ਜਿੱਥੇ ਇਕੱਠੇ ਹੋਏ ਗੋਲਡਨ ਗੇਟ ਵਿੱਚ? ਵੇਖੋ ਜੀ, ਗੋਲਡਨ ਗੇਟ 'ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਿਹੜਾ ਪੜਾਅ ਸੀਗਾ ਇੱਥੇ ਮੱਲਿਆ ਗਿਆ ਸੀਗਾ ਅਤੇ ਨਾਲ ਆਪਣਾ ਆਜ਼ਾਦ ਵਾਲੇ ਸੀਗੇ। ਇਸ ਕਰਕੇ ਅਸੀਂ ਵੱਖ ਵੱਖ ਜਗ੍ਹਾ 'ਤੇ ਤਾਂ ਕੀਤਾ ਪ੍ਰੋਗਰਾਮ ਵੀ ਆਪੋ ਆਪਣੇ ਕਸਬਿਆਂ ਦੇ ਵਿੱਚ ਕੀਤਾ ਜਾਵੇ, ਟ੍ਰੈਫਿਕ ਜਾਮ ਨਾ ਹੋਵੇ, ਲੋਕ ਪਰੇਸ਼ਾਨ ਨਾ ਹੋਣ, ਕਿਉਂਕਿ ਲੋਕ ਸਾਡੇ ਨਾਲ ਨੇ ਅਤੇ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਨਹੀਂ ਚਾਹੁੰਦੇ। ਇਸ ਕਰਕੇ ਜਿਹੜੇ ਵੱਖ ਵੱਖ ਕਸਬਿਆਂ ਦੇ ਵਿੱਚ ਜਿਹੜੇ ਆ ਹਜ਼ਾਰਾਂ ਟਰੈਕਟਰ ਜਿਹੜੇ ਆ ਉਹ ਸੜਕਾਂ ਦੇ ਉੱਤੇ ਖੜ੍ਹੇ ਆ ਨਜ਼ਰ ਆਉਣਗੇ ਤੁਹਾਨੂੰ, ਜਾਂ ਅੰਮ੍ਰਿਤਸਰ ਸਾਹਿਬ ਦੇ ਚਾਰ ਚੁਫੇਰੇ ਜਿਹੜੇ ਆ ਉਹ ਅੱਜ ਅਸੀਂ ਗੋਲਡਨ ਗੇਟ 'ਤੇ ਆ, ਬਾਕੀ ਜਿਹੜੇ ਉਹ ਸਾਰਿਆਂ ਆਪੋ ਆਪਣੇ ਕਸਬਿਆਂ ਦੇ ਵਿੱਚ ਜਿਹੜੇ ਟਰੈਕਟਰ ਆ ਉਹ ਲੈ ਕੇ ਖੜ੍ਹੇ ਹੋਏ। ਸਰ, ਵੱਡੀ ਤਾਦਾਦ 'ਤੇ ਜਿਹੜੇ ਪਹਿਲੇ ਜਿਹੜੇ ਟਰੈਕਟਰ ਆ ਉਹ ਬੋਰਡਰ ਦੇ ਪਹੁੰਚੇ, ਚਾਹੇ ਖਨੌਰੀ ਬੋਰਡਰ ਹੋਏ, ਸ਼ੰਮੂ ਬੋਰਡਰ ਹੋਏ, ਹੁਣ ਜਿਹੜਾ ਅੰਮ੍ਰਿਤਸਰ ਦੇ ਜੇ ਗੱਲ ਕਰੀਏ ਚਾਰੋਂ ਪਾਸੇ ਖੜ੍ਹੇ ਹੋਏ, ਲੱਗਦਾ ਕਿ ਆਉਣ ਵਾਲੇ ਵਕਤ ਜਿਹੜੇ ਟਰੈਕਟਰ ਆ ਦਿੱਲੀ ਵਾਲੀ ਰਵਾਨਾ ਹੋਣਗੇ, ਜੋ ਕੇਂਦਰ ਸਰਕਾਰ ਦਾ ਰਵੱਈਆ ਜਿਹਾ ਹੀ ਰਿਹਾ? ਵੇਖੋ ਜੀ, ਜੇ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਨਾ ਮੰਨੀਆਂ, ਸਾਡਾ MSP ਗਰੰਟੀ ਕਾਨੂੰਨ ਜਿਹੜਾ ਉਹਨੂੰ ਨਾ ਲਾਗੂ ਕੀਤਾ, ਸਾਡੇ ਐਕਟ ਜਿਹੜਾ ਬਿਜਲੀ ਬੋਰਡ ਦਾ ਵਾਪਸ ਨਾ ਲਿਆ, ਪ੍ਰਦੂਸ਼ਣ ਦਾ ਐਕਟ ਵਾਪਸ ਨਾ ਲਿਆ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਦੀ ਗੱਲ ਆ, ਵੀ ਸਾਡੇ ਮੁੱਦੇ ਬਹੁਤ ਵੱਡੇ ਨੇ, ਉਹ ਸਾਨੂੰ ਦਿੱਲੀ ਜਾਣਾ ਪੈ ਸਕਦਾ ਵਾ, ਪਰ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਸਾਂ, ਜਾਣਾ ਜ਼ਰੂਰ ਸੀਗਾ, ਪਰ ਉੱਥੇ ਜਿਹੜੀਆਂ ਕੁਛ ਜਥੇਬੰਦੀਆਂ ਕਾਹਲੀ ਕਰ ਗਈਆਂ ਉਹ ਫਸ ਗਈਆਂ ਉੱਥੇ ਜਾ ਕੇ। ਇਸ ਕਰਕੇ ਜਿਹੜਾ ਸ਼ੁਭ ਕਰਨ ਸਾਡਾ ਉੱਥੇ ਮਾਰਿਆ ਗਿਆ, ਸਾਡੇ ਜਿਹੜੇ ਉੱਥੇ ਨਾਲ ਗਏ ਆਗੂਆਂ ਦੇ ਉਹ ਸਾਡੇ ਭਰਾ ਨੇ, ਪਿਓ ਨੇ, ਸਾਡੇ ਮਤਲਬ ਭਰਾ ਨੇ, ਇਸ ਕਰਕੇ ਉਹਨਾਂ ਦੀ ਪਿੱਠ 'ਤੇ ਅਸੀਂ ਖੜ੍ਹੇ ਹਾਂ। ਅਤੇ ਜਿੱਥੇ ਸਰਕਾਰ ਨੇ ਸਾਡੇ ਟਰੈਕਟਰ ਭੰਨੇ ਨੇ, ਸਰਕਾਰ ਡਰਾਉਣਾ ਚਾਹੁੰਦੀ ਸੀਗੀ ਵੀ ਟਰੈਕਟਰ ਭੰਨਦੇ ਹੋ ਇਹਨਾਂ ਦੇ ਅਤੇ ਕਿਸਾਨ ਕਿਤੇ ਨਾ ਕਿਤੇ ਜਿਹੜੇ ਆ ਅੰਦਰ ਹੀ ਵੜ ਜਾਣਗੇ, ਪਰ ਅੱਜ ਕਿਸਾਨਾਂ ਨੇ ਦੱਸ ਦਿੱਤਾ ਰੂਪ ਦੇ ਵਿੱਚ ਆਣ ਕੇ ਜੋ ਵੀ ਟਰੈਕਟਰ ਜਿਹੜੇ ਵੀ ਕਿਸਾਨ ਕੋਲ ਹੈਗਾ ਉਹ ਲੈ ਕੇ ਸੜਕ 'ਤੇ ਆ ਗਿਆ ਵੀ ਜੇ ਸਾਨੂੰ ਲੋੜ ਪੈਂਦੀ ਆ ਦਿੱਲੀ ਜਾਣ ਦੀ ਤਾਂ ਅਸੀਂ ਜ਼ਰੂਰ ਜਾਵਾਂਗੇ ਉੱਥੇ ਅਤੇ ਅਸੀਂ ਆਉਣ ਵਾਲੀ ਕਾਲ ਜਿਹੜੀ ਉਹਨੂੰ ਉਡੀਕ ਰਹੇ ਹਾਂ। ਬਾਕੀ ਅਸੀਂ 14 ਮਾਰਚ ਨੂੰ ਜਿਹੜਾ ਵਾ ਦਿੱਲੀ ਦੇ ਵਿੱਚ ਜਿਹੜਾ ਮਹਾਂ ਪੰਚਾਇਤ ਇੱਕ ਕਰਨ ਜਾ ਰਹੇ ਹਾਂ ਇੱਕ ਦਿਨ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ, ਉਹ ਅਸੀਂ ਜ਼ਰੂਰ ਕਰਾਂਗੇ। ਜੇ ਉਸ ਤੋਂ ਬਾਅਦ ਦੇ ਵਿੱਚ ਕੋਈ ਸਾਨੂੰ ਦਿੱਲੀ ਪੱਕਾ ਮੋਰਚੇ ਲਾਉਣ ਵਾਸਤੇ ਕਾਲ ਕੋਈ ਆਉਂਦੀ ਆ ਤਾਂ ਅਸੀਂ ਜ਼ਰੂਰ ਲਾਗੂ ਕਰਾਂਗੇ ਜੀ। ਸਰ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਸ ਤਰ੍ਹਾਂ ਰਵੱਈਆ ਵੇਖਦਾ? ਹਾਲਾਂਕਿ ਸ਼ੁਭ ਕਰਨ ਦੇ ਜਿਹੜੇ ਘਰ ਵਾਲੇ ਉਸਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ, ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ, ਤੁਸੀਂ ਆਮ ਆਦਮੀ ਪਾਰਟੀ ਰਵੱਈਆ ਕਿਸ ਤਰ੍ਹਾਂ ਵੇਖਦੇ ਹੋ ਕਿਸਾਨਾਂ ਦੇ ਪ੍ਰਤੀ? ਆਮ ਆਦਮੀ ਪਾਰਟੀ ਜਿਹੜੀ ਆ ਉਹਦਾ ਰਵੱਈਆ ਤਾਂ ਜਿਹੜਾ ਵਾ ਬਿਲਕੁਲ ਕਲੀਅਰ ਆ, ਉਹ ਸਾਰਿਆਂ ਨੂੰ ਪਤਾ ਵਾ, ਕੋਈ ਮੇਰੇ ਦੱਸਿਆ ਜ਼ਿਆਦਾ ਗੱਲ ਨਹੀਂ ਬਣਨੀ ਵੀ ਉਹਦੀ ਜਿਹੜੀ ਇੱਕ ਮੈਡਮ ਸੀ ਉਦੋਂ ਜਦੋਂ ਚੋਣਾਂ ਤੋਂ ਪਹਿਲਾਂ ਇਹ ਗੱਲ ਆਉਂਦੀ ਸੀ ਵੀ ਚੁਟਕੀ ਦੇ ਵਿੱਚ 5 ਮਿੰਟਾਂ ਜਿਹੜਾ MSP ਆ ਉਹ ਅਸੀਂ ਲੈ ਕੇ ਆਵਾਂਗੇ, ਫਿਰ ਲਿਆਂਦੀ ਨਹੀਂ ਇਹਨਾਂ ਨੇ, ਹੁਣ ਵਿਚੋਲਾ ਬਣ ਕੇ ਵਿੱਚ ਸਾਡੇ ਆਗੂਆਂ ਦੀ ਗੱਲਬਾਤ ਕਰਾਉਂਦਾ ਫਿਰਦਾ ਹੈ। ਅਤੇ ਉਦੋਂ ਦਾ ਇਹ ਕਿੱਥੇ ਗਿਆ ਸੀਗਾ, ਉਦੋਂ ਦਾ ਸਾਡੀ ਬਹਿ ਕੇ ਗੱਲ ਕਰਦਾ, ਸਾਡੀ ਸੈਂਟਰ ਨਾਲ ਗੱਲ ਕਰਾਉਂਦਾ, ਆਪ ਕਰਾਉਂਦਾ, ਹੁਣ ਜਦੋਂ ਅਸੀਂ ਉੱਥੇ ਬਾਰਡਰਾਂ ਤੇ ਪਹੁੰਚ ਗਏ ਹਾਂ ਤਾਂ ਹੁਣ ਸਾਡੇ ਵਿੱਚ ਵਿਚੋਲਗਰੀ ਕਰਦਾ ਫਿਰਦਾ, ਵਕੀਲ ਬਣਿਆ ਫਿਰਦਾ। ਇਸ ਕਰਕੇ ਜੋ ਸਾਡੇ ਨਾਲ ਵਾਅਦੇ ਕੀਤੇ ਨੇ ਆਮ ਆਦਮੀ ਪਾਰਟੀ
ਨੇ, ਇਹਨੇ ਵੀ ਇੱਕ ਵੀ ਵਾਅਦਾ ਸਾਡੇ ਨਾਲ ਪੂਰਾ ਨਹੀਂ ਕੀਤਾ ਸਾਡਾ। ਨਾ ਤਾਂ ਕੋਈ ਸਾਨੂੰ ਇਹਨੇ ਬਜਟ ਦੇ ਵਿੱਚ ਰੱਖਿਆ, ਨਾ ਸਾਡੇ ਕੋਈ ਕਰਜ਼ੇ ਦੇ ਬਾਰੇ ਸੋਚਿਆ ਨੇ, ਨਾ ਕੋਈ ਸਾਨੂੰ ਇਹਨੇ ਸਬਸਿਡੀ ਦਿੱਤੀ ਆ। ਇਸ ਕਰਕੇ ਜਿਹੜਾ ਵਾ ਸਾਨੂੰ ਜਿਹੜਾ ਵਾ ਸਰਕਾਰਾਂ ਦਾ ਰਵੱਈਆ ਜਿਹੜਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਰ ਵੇਲੇ ਖਿਲਾਫ਼ ਹੁੰਦਾ, ਚਾਹੇ ਉਹ ਪੰਜਾਬ ਦੀ ਹੋਵੇ, ਚਾਹੇ ਉਹ ਸੈਂਟਰ ਦੀ ਆ, ਚਾਹੇ ਉਹ ਖੱਟਰ ਸਰਕਾਰ ਆ, ਕੋਈ ਵੀ ਸਰਕਾਰ ਆ ਜਾਵੇ, ਚਾਹੇ ਉਹ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਆਮ ਵਾਲੇ ਆ, ਕਿਸਾਨ ਅਤੇ ਮਜ਼ਦੂਰ ਜਦੋਂ ਇੱਕ ਹੋ ਜਾਣਗੇ, ਇੱਕ ਹੋ ਕੇ ਹੀ ਆਪਣਾ ਹੱਕ ਜਿਹੜਾ ਉਹ ਲੈ ਸਕਦੇ ਆ। ਕਿਸਾਨ ਜਥੇਬੰਦੀ ਦੇ ਆਗੂ ਨੇ ਸਰ ਅੱਜ ਤਾਂ ਸਰ ਟਰੈਕਟਰ ਮਾਰਚ ਕੱਢਿਆ ਗਿਆ ਵਾ, ਅਗਲੀ ਸਰ ਰਣਨੀਤੀ ਕੀ ਰਹੂ, ਕਿਉਂਕਿ ਲਗਾਤਾਰ ਕਿਸਾਨ ਜਿਹੜਾ ਵਾ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਦੇ ਨੇ ਜਾ ਰਹੇ ਆਪਣੀ ਮੰਗਾਂ ਨੂੰ ਲੈ ਕੇ? ਅਗਲੀ ਰਣਨੀਤੀ ਸਾਡੀ ਇਹ ਹੋਏ ਕਿ ਜਿਵੇਂ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਕੌਲ ਆਏਗੀ, ਉਸ ਨੂੰ ਅਸੀਂ ਇਨ ਬਿਨ ਲਾਗੂ ਕਰਾਂਗੇ। ਅੱਜ ਟਰੈਕਟਰ ਮਾਰਚ ਦੀ ਕੌਲ ਸੀ, ਸੰਕੇਤ ਦੇਣਾ ਸੀ ਅਸੀਂ ਸੈਂਟਰ ਗੌਰਮੈਂਟ ਨੂੰ ਕਿ ਤੁਸੀਂ ਸਾਡੇ ਟਰੈਕਟਰਾਂ 'ਤੇ ਪਾਬੰਦੀ ਲਾਉਂਦੇ ਜੇ, ਤੁਸੀਂ ਬਾਰਡਰ ਦਿੱਲੀ ਦੇ ਹਰਿਆਣੇ ਦੇ ਉੱਪਰ ਦਿੱਲੀ ਦੇ ਬਾਰਡਰ ਬਣਾ ਦਿੱਤਾ ਤੁਸੀਂ। ਉਹ ਅਸੀਂ ਉਸ ਦੇ ਵਿਰੋਧ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਪਰ ਲਾਠੀਚਾਰਜ ਕੀਤਾ, ਸਾਡੇ ਉੱਪਰ ਅੱਤਿਆਚਾਰ ਕੀਤਾ, ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਟਰੈਕਟਰ ਮਾਰਚ ਕੱਢਿਆ। ਸਿਰਫ ਸੰਕੇਤ ਦਿੱਤਾ ਹੈ ਕਿ ਅਸੀਂ ਦਿੱਲੀ ਵੀ ਆ ਸਕਦੇ ਹਾਂ, ਦਿੱਲੀ ਸਾਡੀ ਰਾਜਧਾਨੀ ਆ, ਭਾਰਤ ਦੇ ਅਸੀਂ ਬਛਿੰਦੇ ਹਾਂ, ਯੂਨੀਅਨ ਟੈਰੀਟਰੀ ਦਾ ਅਸੀਂ ਹਿੱਸਾ ਹੈ ਪੰਜਾਬ, ਅਸੀਂ ਦਿੱਲੀ ਆ ਸਕਦੇ ਹਾਂ। ਅੱਜ ਮਾਰਚ ਆ, ਜਦੋਂ ਸਾਡੇ ਲੀਡਰ ਸਾਹਿਬਾਨ ਦੀ ਕੌਲ ਹੋਏਗੀ ਅਸੀਂ ਦਿੱਲੀ ਜਾਣ ਨੂੰ ਤਿਆਰ ਬੈਠੇ ਹਾਂ। ਸਰ ਲੱਗਦਾ ਕੀ ਹੈ, ਮੀਟਿੰਗਾਂ ਲਗਾਤਾਰ ਹੋ ਰਹੀਆਂ ਪਰ ਹੱਲ ਨਹੀਂ ਨਿਕਲ ਪਾ ਰਿਹਾ, ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਾ ਕਿਸਾਨ ਸੜਕਾਂ 'ਤੇ ਨੇ? ਮੀਟਿੰਗਾਂ ਜੀ ਇੱਕ ਲੋਲੀਪੋਪ ਆ, ਸਰਕਾਰ ਦੇਈ ਜਾਂਦੀ ਆ ਮੀਟਿੰਗਾਂ 'ਚ। ਪਿਛਲੀ ਵਾਰ ਕਿੰਨੀਆਂ ਕੀਤੀਆਂ ਜੀ, ਜੋ ਵੀ 'ਚ ਬੈਠੇ ਮੀਟਿੰਗ 'ਤੇ ਮੀਟਿੰਗ ਇਹ ਕਰੀ ਜਾਂਦੇ ਨੇ। ਗੱਲ ਵੀ ਅਸੀਂ ਇੱਦਾਂ ਕੋਈ ਵੱਖਰੀ ਮੰਗ ਨਹੀਂ ਮੰਗ ਰਹੇ, ਜਿਹੜੀਆਂ ਸਾਡੀਆਂ ਉਦੋਂ ਇਹਨੇ ਮੰਗਾਂ ਮੰਨੀਆਂ ਨੇ, ਅਸੀਂ ਉਹਨੂੰ ਕਹਿੰਦੇ ਸਾਡੀਆਂ ਲਾਗੂ ਕਰੋ। ਜੇ ਤਾਂ ਕੋਈ ਵੱਖਰੀ ਮੰਗ ਆ ਜਾਂ ਕੋਈ ਵਾਅਦਾ ਮੰਗ ਰਹੇ ਹਾਂ, ਸਾਡੇ ਨਾਲ ਗੱਲ ਕਰਨਾ। ਅਸੀਂ ਵੇਖੋ, ਹਰ ਇਨਸਾਨ ਦਾ ਹੱਕ ਮੰਗਣਾ ਉਹਦਾ ਅਧਿਕਾਰ ਆ, ਅਤੇ ਜੇ ਸਾਡੇ ਕੁਛ ਭਰਾ ਉੱਥੇ ਗਏ ਇਸ ਮਸਲੇ 'ਚ, ਉਹਨਾਂ 'ਤੇ ਕਿੰਨਾ ਅੱਤਿਆਚਾਰ ਕੀਤਾ ਜਾ ਰਿਹਾ। ਇੱਥੇ ਕਿਤੇ ਇੱਕ ਕਤਲ ਹੋ ਜਾਏ, ਹਾਹਾਕਾਰ ਹੋ ਜਾਂਦੀ ਆ। ਸ਼ੁਭ ਕਰਨਦੀਪ ਸਿੰਘ ਕਿੱਦਣ ਦਾ ਉਹਦਾ ਸ਼ਹੀਦ ਕੀਤਾ ਗਿਆ, ਅੱਜ ਤਾਂ ਨਾ ਕੋਈ ਕਾਰਵਾਈ ਹੋਈ ਆ, ਨਾ ਕਿ ਦੋਸ਼ੀ ਨੂੰ। ਇਹ ਤਾਂ ਆਪਾਂ ਤਾਂ ਪੱਕਾ ਪਤਾ ਵੀ ਸਾਹਮਣੇ ਆਰਮੀ ਜਾਂ BSF ਉਹਨਾਂ ਹੀ ਮਾਰਿਆ, ਕੋਈ ਅਸੀਂ ਥੋੜ੍ਹਾ ਮਾਰਤਾ, ਕੁਝ ਸਾਡੇ ਬੋਰੀਆਂ 'ਚ ਪਾਪਾ ਲੈ ਗਏ। ਤੁਸੀਂ ਵੇਖੋ ਕਿੱਦਾਂ ਸਾਡਾ ਬਾਰਡਰ ਟੱਪ ਕੇ ਅਤੇ ਸਾਡੇ ਕਿਸਾਨਾਂ ਨੂੰ ਬੋਰੀਆਂ 'ਚ ਪਾਪਾ ਕੇ ਉੱਧਰ ਖੜ ਕੇ ਅੱਜ ਸਾਨੂੰ ਕੁਛ ਪਤਾ ਲੱਗਣ ਡਿਆ ਵੀ ਕੁਛ ਸਾਡੇ ਕਿਸਾਨ ਅਜੇ ਲਾਪਤਾ ਨੇ। ਹਾਂਜੀ, ਅਸੀਂ ਉਹਦੀ ਵੀ ਪੈਰਵਾਈ ਜਿਹੜੀ ਆ ਕਰ ਰਹੇ ਹਾਂ, ਅਤੇ ਬਾਕੀ ਜੋ ਸਾਡਾ ਸੰਯੁਕਤ ਮੋਰਚਾ ਸਾਨੂੰ ਕਾਲ ਦੇਗਾ, ਅਸੀਂ ਸਾਰੀਆਂ ਜਥੇਬੰਦੀਆਂ ਉਸ ਮੋਰਚੇ ਦੇ ਨਾਲ ਤਿਆਰ ਹੈ। ਬਿਲਕੁਲ, ਸੋ ਬਿਲਕੁਲ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਕਾਲ 'ਤੇ ਜਿਹੜਾ ਟਰੈਕਟਰ ਮਾਰਚ ਕੱਢੇ ਗਏ ਨੇ, ਅਤੇ ਅੰਮ੍ਰਿਤਸਰ ਤੋਂ ਅਸੀਂ ਤੁਹਾਨੂੰ ਤਸਵੀਰਾਂ ਵਿਖਾਈ ਸੀ। ਬਿਲਕੁਲ, ਤੁਹਾਨੂੰ ਫਿਰ ਤੋਂ ਆਪਣੇ ਕੈਮਰਾ ਲਗਾਉਂਗਾ, ਤਸਵੀਰਾਂ ਵਿਖਾਉਣ, ਕਿਉਂਕਿ ਵੱਡੀ ਤਾਦਾਦ 'ਚ ਜਿਹੜੇ ਗੋਲਡਨ ਗੇਟ ਦੇ ਬਾਹਰ ਟਰੈਕਟਰ ਜਿਹੜੇ ਆ ਲੱਗੇ ਹੋਏ ਆ, ਅਤੇ ਦਿੱਲੀ ਵੱਲ ਮੂੰਹ ਕਰਕੇ ਲੱਗੇ ਸੀ। ਵੱਖ ਵੱਖ ਕਿਸਾਨ ਜਥੇਬੰਦੀ ਦੇ ਆਗੂ ਨਾਲ ਵੀ ਅਸੀਂ ਗੱਲਬਾਤ ਵੀ ਕੀਤੀ ਸੀ, ਤਾਂ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਅੱਜ ਜਿਹੜਾ ਜ਼ਰੂਰ ਟਰੈਕਟਰ ਮਾਰਚ ਕੱਢਿਆ ਗਿਆ ਵੱਡੀ ਤਾਦਾਦ 'ਤੇ, ਜਿਹੜੇ ਟਰੈਕਟਰ ਆ ਉਹ ਦਿੱਲੀ ਵੱਲ ਉਸਦਾ ਜਿਹੜਾ ਮੂੰਹ ਕੀਤਾ ਗਿਆ, ਅਤੇ 16 ਮਾਰਚ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਿਖੇ ਇੱਕ ਸ਼ਾਂਤਵੀਂ ਮਹਾਂ ਪੰਚਾਇਤ ਵੀ ਰੱਖੀ ਗਈ ਆ। ਜੇ ਆਉਣ ਵਾਲੇ ਦਿਨਾਂ 'ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਤੇ ਆਉਣ ਵਾਲੇ ਦਿਨਾਂ ਜਿਹੜਾ ਪ੍ਰਦਰਸ਼ਨ ਹੈ ਉਹ ਜਿਹੜਾ ਹੋਰ ਤਿੱਖਾ ਕੀਤਾ ਜਾਵੇ। ਕੈਮਰਾਮੈਨ ਮਨੋਜ ਦੇ ਨਾਲ ਭਰਤ ਸ਼ਰਮਾ, ਜ਼ੀ ਮੀਡੀਆ, ਅੰਮ੍ਰਿਤਸਰ।